ये तस्वीरां पंजाब तो सामने आईया ने, दस दईए कि पंजाब दे विच मौसम ने करवट बदल लई। अज सवेरे लुधियाना दे विच तड़कसार मीह पिया, हालांकि उस तो बाद जदों मीह बंद होया तां लोक आपो अपने कम्मां दे लई घरां तो बाहर निकले ने। पर दस दईए कि मौसम विभाग दे वल्लों पहलां ही चेतावनी दे दित्ती गई सी कि 15 ते 16 अक्तूबर नूं पंजाब दे विच मीह पएगा। मीह पैन दे नाल है जिहड़ा ओ तापमान दे विच गिरावट दर्ज होएगी ते ठंड जिहड़ी है ओ वधेगी। तां मौसम विभाग ने सिर्फ पंजाब नूं लैके ही नहीं बल्कि कई होर सूबियां नूं लैके जिहड़ा अलर्ट जारी कीता है। तां कल भी तस्वीरां गुरदासपुर तों सामने आईयां सी जिथे गुरदासपुर दे विच तेज़ बरसात दे नाल गड़ेमारी भी होई सी, तां ओह भी तस्वीरां सामने आईयां सी। ते अज लुधियाना दे विच मौसम देख सकते हो कि सुहावना होया, ठंड महसूस जिहड़ी है ओह कीती जा सकती है, तापमान दे विच गिरावट जिहड़ी है ओह दर्ज कीती गई है। तां मौसम विभाग दे इक अनुमान दे अनुसार पंजाब दे कई जिलियां दे विच तापमान जिहड़ा रात नूं है ओह तकरीबन 17 डिग्री सैलसीयस दर्ज कीता गया। तां मौसम विभाग ने पहला ही अलर्ट जारी कर दिता सी कि 15 ते 16 अक्तूबर नूं पंजाब दे विच जिहड़ी है ओह बरसात होएगी कई जिलियां दे विच। हालांकि 14 अक्तूबर नूं सिर्फ गुरदासपुर ही नहीं, जे गल कर लईए तां हुशियारपुर दे विच भी बारिश है जिहड़ी ओह देखण नूं मिली सी और उत्थे भी जिहड़ी तापमान दे विच गिरावट महसूस कीती गई है। तां जे हुण लुधियाना दी गल कर लईए तां लुधियाना दे विच ठंडियां हवावां चल रहियां ने, तापमान दे विच गिरावट दर्ज कीती गई है। ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਹਾਲ ਬਿਆਨ ਕਰ ਸਕਦੇ ਹੋ ਕਿ ਉੱਥੇ ਮੌਸਮ ਕਿਹੋ ਜਿਹਾ, ਕਿਉਂਕਿ ਲੁਧਿਆਣਾ ਦੇ ਵਿੱਚ ਤਾਂ ਬੱਦਲ ਛਾਏ ਹੋਏ ਨੇ, ਹਾਲਾਂਕਿ ਇਸ ਤੋਂ ਥੋੜ੍ਹੇ ਸਮੇਂ ਪਹਿਲਾਂ ਬਾਰਿਸ਼ ਹੋ ਕੇ ਹਟੀ ਹੈ ਔਰ ਹੁਣ ਜਦੋਂ ਬਾਰਿਸ਼ ਰੁਕੀ ਹੈ ਤਾਂ ਲੋਕ ਆਪੋ ਆਪਣੇ ਕੰਮਾਂ ਦੇ ਲਈ ਘਰਾਂ ਤੋਂ ਨਿਕਲ ਰਹੇ ਨੇ। ਤਾਂ ਇਹ ਤਸਵੀਰਾਂ ਲੁਧਿਆਣਾ ਤੋਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਹਾਲਾਂਕਿ ਤੁਸੀਂ ਆਪਣੇ ਜ਼ਿਲ੍ਹੇ ਦਾ ਹਾਲ ਜਿਹੜਾ ਉਹ ਬਿਆਨ ਕਰ ਸਕਦੇ ਹੋ। ਮੌਸਮ ਵਿਭਾਗ ਦਾ ਇਹ ਵੀ ਮੰਨਣਾ ਹੈ ਕਿ 17 ਅਕਤੂਬਰ ਸਾਰਾ ਦਿਨ ਮੀਂਹ ਪਏਗਾ ਪੰਜਾਬ ਦੇ ਵਿੱਚ। ਪੰਜਾਬ ਤੋਂ ਬਾਅਦ ਹਿਮਾਚਲ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ, ਚੰਡੀਗੜ੍ਹ, ਹਰਿਆਣਾ, ਦਿੱਲੀ NCR ਨੂੰ ਲੈ ਕੇ ਅਲਰਟ ਜਾਰੀ ਕੀਤਾ ਤੇ ਜਦੋਂ ਇਹ ਬਰਸਾਤ ਹੋਏਗੀ ਉਸ ਤੋਂ ਬਾਅਦ ਜਿਹੜਾ ਤਾਪਮਾਨ ਹੈ ਉਸ ਦੇ ਵਿੱਚ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਜਾਏਗੀ। ਇਹ ਤਸਵੀਰਾਂ ਪੰਜਾਬ ਤੋਂ ਸਾਹਮਣੇ ਆਈਆਂ ਨੇ, ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਸਮ ਨੇ ਕਰਵਟ ਬਦਲ ਲਈ। ਤਾਂ ਅੱਜ ਸਵੇਰੇ ਲੁਧਿਆਣਾ ਦੇ ਵਿੱਚ ਤੜਕਸਾਰ ਮੀਂਹ ਪਿਆ, ਹਾਲਾਂਕਿ ਉਸ ਤੋਂ ਬਾਅਦ ਜਦੋਂ ਮੀਂਹ ਬੰਦ ਹੋਇਆ ਤਾਂ ਲੋਕ ਆਪੋ ਆਪਣੇ ਕੰਮਾਂ ਦੇ ਲਈ ਘਰਾਂ ਤੋਂ ਬਾਹਰ ਨਿਕਲੇ ਨੇ। ਪਰ ਦੱਸ ਦਈਏ ਕਿ ਮੌਸਮ ਵਿਭਾਗ ਦੇ ਵੱਲੋਂ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਗਈ ਸੀ ਕਿ 15 ਤੇ 16 ਅਕਤੂਬਰ ਨੂੰ ਪੰਜਾਬ ਦੇ ਵਿੱਚ ਮੀਂਹ ਪਏਗਾ ਤੇ ਮੀਂਹ ਪੈਣ ਦੇ ਨਾਲ ਹੈ ਜਿਹੜਾ ਉਹ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਹੋਏਗੀ ਤੇ ਠੰਡ ਜਿਹੜੀ ਹੈ ਉਹ ਵਧੇਗੀ। ਤਾਂ ਮੌਸਮ ਵਿਭਾਗ ਨੇ ਸਿਰਫ ਪੰਜਾਬ ਨੂੰ ਲੈ ਕੇ ਹੀ ਨਹੀਂ ਬਲਕਿ ਕਈ ਹੋਰ ਸੂਬਿਆਂ ਨੂੰ ਲੈ ਕੇ ਜਿਹੜਾ ਅਲਰਟ ਜਾਰੀ ਕੀਤਾ ਹੈ। ਤਾਂ ਕੱਲ੍ਹ ਵੀ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਸੀ ਜਿੱਥੇ ਗੁਰਦਾਸਪੁਰ ਦੇ ਵਿੱਚ ਤੇਜ਼ ਬਰਸਾਤ ਦੇ ਨਾਲ ਗੜੇਮਾਰੀ ਵੀ ਹੋਈ ਸੀ, ਤਾਂ ਉਹ ਵੀ ਤਸਵੀਰਾਂ ਸਾਹਮਣੇ ਆਈਆਂ ਸੀ। ਤੇ ਅੱਜ ਲੁਧਿਆਣਾ ਦੇ ਵਿੱਚ ਮੌਸਮ ਦੇਖ ਸਕਦੇ ਹੋ ਕਿ ਸੁਹਾਵਨਾ ਹੋਇਆ, ਠੰਡ ਮਹਿਸੂਸ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ, ਤਾਪਮਾਨ ਦੇ ਵਿੱਚ ਗਿਰਾਵਟ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ। ਤਾਂ ਮੌਸਮ ਵਿਭਾਗ ਦੇ ਇੱਕ ਅਨੁਮਾਨ ਦੇ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ ਜਿਹੜਾ ਰਾਤ ਨੂੰ ਹੈ ਉਹ ਤਕਰੀਬਨ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ ਕਿ 15 ਤੇ 16 ਅਕਤੂਬਰ ਨੂੰ ਪੰਜਾਬ ਦੇ ਵਿੱਚ ਜਿਹੜੀ ਹੈ ਉਹ ਬਰਸਾਤ ਹੋਏਗੀ ਕਈ ਜ਼ਿਲ੍ਹਿਆਂ ਦੇ ਵਿੱਚ। ਹਾਲਾਂਕਿ 14 ਅਕਤੂਬਰ ਨੂੰ ਸਿਰਫ ਗੁਰਦਾਸਪੁਰ ਹੀ ਨਹੀਂ, ਜੇ ਗੱਲ ਕਰ ਲਈਏ ਤਾਂ ਹੁਸ਼ਿਆਰਪੁਰ ਦੇ ਵਿੱਚ ਵੀ ਬਾਰਿਸ਼ ਹੈ ਜਿਹੜੀ ਉਹ ਦੇਖਣ ਨੂੰ ਮਿਲੀ ਸੀ ਔਰ ਉੱਥੇ ਵੀ ਜਿਹੜੀ ਤਾਪਮਾਨ ਦੇ ਵਿੱਚ ਗਿਰਾਵਟ ਮਹਿਸੂਸ ਕੀਤੀ ਗਈ ਹੈ। ਤਾਂ ਜੇ ਹੁਣ ਲੁਧਿਆਣਾ ਦੀ ਗੱਲ ਕਰ ਲਈਏ ਤਾਂ ਲੁਧਿਆਣਾ ਦੇ ਵਿੱਚ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ, ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਤੁਸੀਂ ਵੀ ਕਮੈਂਟ ਬਾਕਸ ਵਿੱਚ ਆਪਣੇ ਇਲਾਕੇ ਦਾ ਆਪਣੇ ਜ਼ਿਲ੍ਹੇ ਦਾ ਹਾਲ ਬਿਆਨ ਕਰ ਸਕਦੇ ਹੋ ਕਿ ਉੱਥੇ ਮੌਸਮ ਕਿਹੋ ਜਿਹਾ, ਕਿਉਂਕਿ ਲੁਧਿਆਣਾ ਦੇ ਵਿੱਚ ਤਾਂ ਬੱਦਲ ਛਾਏ ਹੋਏ ਨੇ, ਹਾਲਾਂਕਿ ਇਸ ਤੋਂ ਥੋੜ੍ਹੇ ਸਮੇਂ ਪਹਿਲਾਂ ਬਾਰਿਸ਼ ਹੋ ਕੇ ਹਟੀ ਹੈ ਔਰ ਹੁਣ ਜਦੋਂ ਬਾਰਿਸ਼ ਰੁਕੀ ਹੈ ਤਾਂ ਲੋਕ ਆਪੋ ਆਪਣੇ ਕੰਮਾਂ ਦੇ ਲਈ ਘਰਾਂ ਤੋਂ
निकल रहे ने तस्वीर लुधियाना तो असीं तुहाडे नाल सांझियां कर रहे हैं। हालांकि तुसीं अपने जिले का हाल जिहड़ा वो बयान कर सकते हो। मौसम विभाग का यह भी मनना है कि 17 अक्तूबर सारा दिन मीह पएगा पंजाब दे विच। पंजाब तो बाद हिमाचल नूं लैके मौसम विभाग ने अलर्ट जारी किया। चंडीगढ़ हरियाणा दिल्ली NCR नूं लैके अलर्ट जारी किया। तो जदों बरसात होएगी उस तो बाद जिहड़ा तापमान है उस दे विच गिरावट जिहड़ी है वह दर्ज की जाएगी।